ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹਾਲ ਹੀ ਦੇ ਵਿੱਚ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਲਾਈਵ ਹੋਏ ਅਤੇ ਉਹਨਾਂ ਨੇ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਰ ਵਾਇਰਲ ਕੀਤੀ, ਜਿਸ ਦੇ ਵਿੱਚ ਉਹਨਾਂ ਨੇ ਸਿੱਧੇ ਤੌਰ 'ਤੇ ਇਲਜ਼ਾਮ ਲਗਾਇਆ ਤਰਨਜੀਤ ਸਿੰਘ ਜੱਸੋਵਾਲ ਉੱਤੇ, SGPC ਦੇ ਕਈ ਅਧਿਕਾਰੀਆਂ ਦੇ ਵਿੱਚ, ਜਿਨ੍ਹਾਂ ਨੇ SGPC ਦੇ ਕਈ ਅਧਿਕਾਰੀਆਂ ਅਤੇ ਹੋਰ ਕਈ ਸਿੱਖ ਬੁੱਧੀਜੀਵੀਆਂ ਦੇ ਵਿੱਚ ਖੜ੍ਹੇ ਹੋ ਕੇ ਸਿੱਧੀ ਸਿੱਧੀ ਪ੍ਰਚਾਰਕਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਅਤੇ ਧਮਕੀ ਕਿਉਂ ਦਿੱਤੀ? ਕਿ ਜੋ ਵੀ ਪ੍ਰਚਾਰਕ ਗੁਰੂ ਦੀ ਵਿਚਾਰਧਾਰਾ 'ਤੇ ਸ਼ੱਕ ਪੈਦਾ ਕਰੇਗਾ, ਉਸ ਦੀ ਵੱਖੀ ਵਿੱਚੋਂ 6 ਦੀਆਂ 6 ਗੋਲੀਆਂ ਲੰਘਾਵਾਂਗੇ। ਆਖਿਰ ਕਿਹੜਾ ਅਜਿਹਾ ਪ੍ਰਚਾਰਕ ਹੈ ਜਿਹੜਾ ਗੁਰੂ ਦੀ ਵਿਚਾਰਧਾਰਾ ਉੱਤੇ ਸਵਾਲ ਚੱਕਦਾ ਹੈ? ਆਖਿਰ ਕਿਹੜਾ ਅਜਿਹਾ ਪ੍ਰਚਾਰਕ ਹੈ ਜਿਹੜਾ ਗੁਰੂ ਦੀ ਵਿਚਾਰਧਾਰਾ ਨਹੀਂ ਮੰਨਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਹੀਂ ਮੰਨਦਾ? ਤੁਸੀਂ ਆਪ ਸੋਚੋ। ਅੱਜ ਮੇਰਾ ਤੁਹਾਡੇ ਸਾਹਮਣੇ ਆਉਣ ਦਾ ਕਾਰਨ ਹੈ, ਕੱਲ੍ਹ ਇੱਕ ਚਰਨਜੀਤ ਸਿੰਘ ਜੱਸੋਵਾਲ ਮੁੱਖ ਬੁਲਾਰੇ ਦਮਦਮੀ ਟਕਸਾਲ ਦੇ, ਹੈੱਡਕੁਆਟਰ ਦਮਦਮੀ ਟਕਸਾਲ ਦਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਬਾਬਾ ਹਰਨਾਮ ਸਿੰਘ, ਉੱਥੇ ਆਲੇ ਦੁਆਲੇ ਹੋਰ ਸੰਤਾਂ ਫੈਡਰੇਸ਼ਨਾਂ ਦੇ ਕੁਛ ਬੰਦੇ SGPC ਦੇ ਬੰਦਿਆਂ ਵਿੱਚ ਖੜ੍ਹ ਕੇ ਚਰਨਜੀਤ ਸਿੰਘ ਜੱਸੋਵਾਲ ਨੇ ਖੁੱਲ੍ਹ ਕੇ ਪ੍ਰਚਾਰਕਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਹਦੇ ਵਿੱਚ ਸਿੱਧਾ ਇਸ਼ਾਰਾ ਮੇਰੇ 'ਤੇ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਸਾਲ ਪਹਿਲਾਂ ਅਟੈਕ ਕਰਕੇ ਭੁਪਿੰਦਰ ਸਿੰਘ ਦਾ ਇਹਨਾਂ ਨੇ ਕਤਲ ਕੀਤਾ ਹੈ ਔਰ 14 ਬੰਦੇ ਫੜੇ ਹੋਏ ਹੈ, ਬਾਕੀ ਬੰਦੇ ਅੱਜ ਵੀ ਇਹ ਬਾਹਰ ਹੈ। ਉਦੋਂ ਵੀ ਉਹਨਾਂ 'ਤੇ ਫੁੱਲਾਂ ਦੀ ਵਰਖਾ ਕਰਦੇ ਸੀ, ਪਰ 2 ਸਾਲਾਂ ਵਿੱਚ ਕੋਈ ਗਿਲਟੀ ਫੀਲ ਨਹੀਂ ਕੀਤੀ। ਅੱਜ ਵੀ ਉਸੇ ਰੋਹਬ ਨਾਲ ਧਮਕੀਆਂ ਦੇ ਰਹੇ ਆ, ਕਿਉਂਕਿ ਇਹਨਾਂ ਦਾ ਸੁਭਾਅ ਬਣ ਚੁੱਕਿਆ ਕਿ ਹਰ ਬੰਦਾ ਇਹਨਾਂ ਦੇ ਪੈਰਾਂ ਵਿੱਚ ਡਿੱਗਦਾ। ਜਦੋਂ ਇੱਕ ਵਾਰੀ ਧਮਕੀ ਦਿੰਦੇ ਹੈ, ਸਖਤੀ ਕਰਦੇ ਹੈ, ਤਾਂ ਬੰਦਾ ਪੈਰਾਂ 'ਚ ਡਿੱਗਣ ਤੋਂ ਬਿਨਾਂ ਉਹਦੇ ਕੋਲ ਕੋਈ ਹੱਲ ਨਹੀਂ ਹੁੰਦਾ। ਮੇਰਾ ਤਜਰਬਾ ਹੈ, ਲੱਖਾਂ ਰੁਪਈਆ ਮੈਂ ਕੇਸ ਉੱਤੇ ਖਰਚ ਚੁੱਕਿਆ, ਆਲੇ ਦੁਆਲੇ ਬੰਦੇ ਰੱਖ ਕੇ ਆਪਣੀ ਸਿਕਿਉਰਿਟੀ ਕਰਕੇ ਅਸੀਂ ਜਾਈਦਾ, ਮਜਬੂਰੀ ਬਸ ਹੋ ਕੇ ਕਿੱਥੇ ਇੱਕ ਗੱਡੀ 'ਚ ਜਿੱਥੇ ਮਰਜ਼ੀ ਜਾਈਦਾ ਸੀ, ਹੁਣ 4-5 ਗੱਡੀਆਂ ਲੈ ਕੇ। ਅਤੇ ਪੂਰੀ ਤਰ੍ਹਾਂ ਨਾਲ ਇਹ ਬੰਦੇ ਹਰ ਗੱਲ ਨੂੰ ਕੱਟ ਵੱਢ ਕੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਔਰ ਇੰਨਾ ਉਹ ਦਾਇਰਾ ਸੀਮਿਤ ਕਰ ਦਿੱਤਾ ਜਾਂਦਾ ਕਿ ਬੰਦੇ ਦਾ ਸਾਹ ਘੁੱਟੇਗਾ। ਅਤੇ 2 ਸਾਲ ਬਾਅਦ ਫਿਰ ਜਦੋਂ ਅਸੀਂ ਉਹੀ ਗੱਲਾਂ ਕਰਾਂਗੇ ਤਾਂ ਇੱਕ ਨਾ ਇੱਕ ਦਿਨ ਇਹ ਬੰਦਾ ਸਮਝੌਤਾ ਕਰੇ, ਝੁਕੇ, ਪੈਰਾਂ ਵਿੱਚ ਡਿੱਗੇ। ਇਹਦਾ ਵੱਡਾ ਕਾਰਨ ਇਹ ਹੈ, ਇਹ ਮੈਂਟੈਲਿਟੀ ਹੈ ਜਿਹੜੀ ਇੱਦਾਂ ਦੀ ਹੁੰਦੀ ਹੈ ਔਰ ਇੱਦਾਂ ਹੀ ਹੁੰਦਾ ਆਇਆ। ਪਰ ਇਹ ਧਾਰਮਿਕ ਗੁੰਡਾਗਰਦੀ ਹੈ ਨਾ ਜਿਹੜੀ, ਇਹ ਵੀ ਕਿਤੇ ਨਾ ਕਿਤੇ ਬੰਦ ਹੋਣੀ ਚਾਹੀਦੀ ਹੈ, ਸਮਾਂ ਲੱਗ ਸਕਦਾ ਹੈ। ਇਸ ਉਪਰੰਤ ਗਿਆਨੀ ਗੁਰਲਾਲ ਸਿੰਘ ਨੇ ਰਣਜੀਤ ਸਿੰਘ ਜੀ ਟੱਡਰੀਆਂ ਵਾਲਿਆਂ ਨੂੰ ਜਵਾਬ ਦਿੱਤਾ ਅਤੇ ਇੱਕ ਅਖਾਣ ਪੜ੍ਹਦਿਆਂ ਕੁਝ ਸਵਾਲ ਪੁੱਛੇ। ਡਿੱਗਿਆ ਖੋਤੇ ਤੇ ਗੁੱਸਾ ਘੁਮਿਆਰ ਤੇ ਕਿਉਂ? ਸਿੰਘ ਸਮੁੱਚੀ ਸੰਗਤ ਨੂੰ ਫਤਿਹ ਬੁਲਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹਨਾਂ ਦੀ ਵੀਡੀਓ ਆਈ, ਉਹਨਾਂ ਨੇ ਇੰਟਰਵਿਊ ਦਿੱਤੀ, ਆਪ ਸੰਗਤਾਂ ਨੇ ਸੁਣੀ ਆ। ਉਹ ਪੰਜਾਬੀ ਦਾ ਅਖਾਣ ਆ, ਕਹਿੰਦੇ ਡਿੱਗਿਆ ਖੋਤੇ ਤੋਂ ਗੁੱਸਾ ਘੁਮਿਆਰ ਤੇ। ਜਵਾਬ ਇਹਨਾਂ ਨੇ ਦੇਣਾ ਸੀਗਾ
ਸਤਿਕਾਰਯੋਗ ਬਾਬਾ ਚਰਨਜੀਤ ਸਿੰਘ ਜੱਸੋਵਾਲ, 20 ਤਰੀਕ ਨੂੰ ਮੈਤੀ ਮੀਟਿੰਗ ਦੇ ਵਿੱਚ ਜੋ ਉਹਨਾਂ ਨੇ ਵਿਚਾਰ ਰੱਖੀ, ਜਵਾਬ ਤੇ ਉਹ ਦੇਣਾ ਸੀਗਾ, ਪਰ ਭਾਈ ਰਣਜੀਤ ਸਿੰਘ ਜੀ ਉਹੀ ਪਹਿਲੀਆਂ ਗੱਲਾਂ ਸੂਰਜ ਪ੍ਰਕਾਸ਼ ਵਿੱਚ ਆ ਲਿਖਿਆ, ਬਾਬਾ ਸ਼੍ਰੀ ਚੰਦ ਨੂੰ ਅਸੀਂ ਨਹੀਂ ਮੰਨਦੇ, ਟਕਸਾਲ ਦੀਆਂ ਮਨੌਤਾਂ ਅਸੀਂ ਕਿਉਂ ਮੰਨੀਏ, ਮੈਂ ਵਿਆਹ ਨਹੀਂ ਕਰਾਇਆ, 25 ਮੈਂਬਰੀ ਕਮੇਟੀ ਇੰਗਲੈਂਡ ਵਿੱਚ ਬਣਾਈ ਗਈ, ਜਾਣੀ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਕੋਈ ਵੀ ਮੂੰਹ ਸਿਰ ਨਹੀਂ ਸੀ। ਸੋ ਪਹਿਲੀ ਗੱਲ ਤਾਂ ਇਹ ਆ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਸਾਰੀ ਸੰਗਤ ਦੇ ਹਿਰਦੇ ਵਲੂੰਡਰੇ ਗਏ। 2 ਸਾਲ ਤੋਂ ਉੱਪਰ ਹੋ ਗਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਹੀਂ ਮਿਲਿਆ। ਭਾਈ ਰਣਜੀਤ ਸਿੰਘ ਜੀ ਕਦੇ ਵੀ ਲਾਈਵ ਹੋ ਕੇ ਉਹਨਾਂ ਨੇ ਜਾਂ ਆਪਣੀ ਸਟੇਜ ਤੇ ਇਹ ਗੱਲ ਨਹੀਂ ਕਹੀ ਕਿ ਆਪਣੇ ਬਾਪੂ ਦੀ ਪੱਗ ਲੱਥੀ ਪਈ ਆ, ਆਪਾਂ ਗੁਰੂ ਸਾਹਿਬ ਦੇ ਸਤਿਕਾਰ ਦੇ ਲਈ ਇਕੱਠੇ ਹੋਈਏ। ਇਸ ਤੋਂ ਇਲਾਵਾ ਗਿਆਨੀ ਗੁਰਜੀਤ ਸਿੰਘ ਜੀ ਨੇ ਵੀ ਭਾਈ ਰਣਜੀਤ ਸਿੰਘ ਜੀ ਦੀ ਇਸ ਵੀਡੀਓ ਦੇ ਬਾਰੇ ਕੁਝ ਕਿਹਾ। ਗੁਰੂ ਰੂਪ ਖਾਲਸਾ, ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਨੇ ਲਾਈਵ ਹੋ ਕਰਕੇ ਅੱਧਾ ਕੁ ਘੰਟਾ ਆਪਣੀਆਂ ਵਿਚਾਰਾਂ ਸਿੱਖ ਪੰਥ ਦੇ ਸਾਹਮਣੇ ਰੱਖੀਆਂ ਨੇ। ਉਹਨਾਂ ਦੇ ਵਿੱਚ ਉਹ ਵਾਰ ਵਾਰ ਚਰਨਜੀਤ ਸਿੰਘ ਜੱਸੋਵਾਲ, ਜੋ ਉਹਨਾਂ ਨੇ ਆਖਿਆ ਵੀ ਜੋ ਵੀ ਪ੍ਰਚਾਰਕ ਗੁਰੂ ਦੀ ਵਿਚਾਰ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਸ਼ੱਕ ਪੈਦਾ ਕਰੇਗਾ, ਉਹਦੀ ਵੱਖੀ ਦੇ ਵਿੱਚ ਦੀ 6 ਦੀਆਂ 6 ਗੋਲੀਆਂ ਲਗਾਵਾਂਗੇ। ਭਾਈ ਸਾਹਿਬ ਆਪਣੀਆਂ ਵਿਚਾਰਾਂ ਦੇ ਵਿੱਚ ਇਸ ਗੱਲ ਨੂੰ ਵਾਰ ਵਾਰ ਦੁਹਰਾਉਂਦੇ ਨੇ ਔਰ ਸੰਗਤਾਂ ਨੂੰ ਆਖਦੇ ਨੇ ਕਿ ਵੀ ਇਹ ਜਿਹੜੀ ਗੁੰਡਾਗਰਦੀ ਹੈ ਇਹ ਬੰਦ ਹੋਣੀ ਚਾਹੀਦੀ ਹੈ। ਭਾਈ ਰਣਜੀਤ ਸਿੰਘ ਜੀ, ਕੱਲੀ ਧਾਰਮਿਕ ਗੁੰਡਾਗਰਦੀ ਹੀ ਬੰਦ ਨਹੀਂ ਹੋਣੀ ਚਾਹੀਦੀ, ਧਾਰਮਿਕ ਭੰਡਪੁਣਾ ਮਸਕਰਾਪਣਾ ਵੀ ਬੰਦ ਹੋਣਾ ਚਾਹੀਦਾ ਹੈ। ਆਪਣੇ ਦੀਵਾਨਾਂ ਦੇ ਵਿੱਚ ਸੰਪਰਦਾਵਾਂ ਦੇ ਮੁਖੀ ਨੂੰ ਬਾਗੜ ਬਿੱਲਾ ਕਹਿਣਾ, ਫਿਰ ਮਾਨਸਾ ਕੰਨੀ ਦੀਵਾਨਾਂ ਦੇ ਵਿੱਚ ਸੰਪਰਦਾ ਦੇ ਮੁਖੀ ਦੀਆਂ ਨਕਲਾਂ ਉਤਾਰਨੀਆਂ ਔਰ ਇਹ ਆਖਣਾ
ਵੀ ਮਾੜੀ ਮੋਟੀ ਅਣਖ ਤੇ ਹੋਣੀ ਹੈ ਵੀ ਜਿਹੜਾ ਵੇਟਰ ਬਾਬੇ ਦੇ ਨਾਲ ਪੰਗਾ ਲਿਆ ਹੈ। ਕੀ ਇਹ ਮਸਕਰਾਪਣਾ ਭੰਡਪਣਾ ਨਹੀਂ ਹੈ? ਜਦ ਤੁਸੀਂ ਕਿਸੇ ਨੂੰ ਵਾਰ ਵਾਰ ਸਟੇਜਾਂ ਤੋਂ ਛੇੜਦੇ ਹੈ ਤੇ ਜੇ ਸਾਹਮਣੇ ਵਾਲਾ ਕੁਝ ਜਵਾਬ ਦਿੰਦਾ ਉਹਦੀਆਂ ਗੱਲਾਂ ਤੇ ਤੁਹਾਨੂੰ ਗੁੰਡਾਗਰਦੀ ਲੱਗਦੀਆਂ ਨੇ, ਆਪਦਾ ਮਸਕਰਾਪਣਾ ਤੁਹਾਨੂੰ ਦਿਖਾਈ ਨਹੀਂ ਦਿੰਦਾ? ਜ਼ਿੰਮੇਵਾਰ ਵਿਅਕਤੀ ਨੂੰ ਇਸ ਤਰ੍ਹਾਂ ਸਟੇਜਾਂ ਦੇ ਉੱਪਰ ਦੂਸਰਿਆਂ ਦੀਆਂ ਨਕਲਾਂ ਵੀ ਉਤਾਰਨੀਆਂ ਨਹੀਂ ਚਾਹੀਦੀਆਂ। ਫਿਰ ਜਿਹੜਾ ਤੁਸੀਂ ਆਖਿਆ ਕਿ ਜੀ ਮੈਂ ਜੋ ਪੱਗ ਬੰਨ੍ਹੀ ਹੈ ਇਹਦੇ ਰੰਗ ਦੇ ਨਾਲ ਵੀ ਇਹ ਸਹਿਮਤ ਨਹੀਂ ਹੋਣਗੇ। ਇਹ ਤੇ ਮੰਨਦੇ ਆ ਵੀ ਖਾਲਸੇ ਦੇ ਚਾਰ ਰੰਗ ਨੇ, ਸਾਰੇ ਰੰਗ ਪਰਮਾਤਮਾ ਨੇ ਪੈਦਾ ਕੀਤੇ ਨੇ, ਪਰਮਾਤਮਾ ਨੂੰ ਸਾਰੇ ਰੰਗ ਚੰਗੇ ਲੱਗਦੇ ਨੇ। ਭਾਈ ਸਾਹਿਬ ਜੇ ਇਹੀ ਦਲੀਲ ਮੰਨਣੀ ਹੈ ਫਿਰ ਤੁਹਾਡੇ ਸਾਥੀ ਕਿਉਂ ਖਾਲਸਾ ਰੰਗ ਬੰਨ੍ਹੀ ਫਿਰਦੇ ਨੇ ਹਰ ਵਕਤ? ਉਹਨਾਂ ਦੇ ਤੇ ਨੀਲੀਆਂ ਪੱਗਾਂ ਹੁੰਦੀਆਂ ਨੇ, ਬੇਸ਼ਤਰ ਜ਼ਿਆਦਾ ਸਮਾਂ ਉਹਨਾਂ ਨੂੰ ਵੀ ਕਹੋ ਵੀ ਜਿਹੜੇ ਮਰਜ਼ੀ ਰੰਗ ਬੰਨੋ, ਪਰਮਾਤਮਾ ਨੇ ਸਾਰੇ ਰੰਗ ਪੈਦਾ ਕੀਤੇ ਨੇ। ਗੁਰੂ ਪਿਆਰਿਓ, ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਨੇ ਜੋ ਵੀ ਕਿਹਾ ਆਪਣੀ ਥਾਂ ਤੇ ਉਹ ਵੀ ਸਹੀ ਲੱਗਦਾ ਹੈ। ਗੁਰੂ ਪਿਆਰਿਓ, ਕਿਸੇ ਵੀ ਪ੍ਰਚਾਰਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣਾ ਕਦੀ ਵੀ ਵਾਜਬ ਨਹੀਂ, ਪਰ ਹਾਂ ਅਗਰ ਕੋਈ ਪ੍ਰਚਾਰਕ ਸਾਡੇ ਸ਼ਬਦ ਗੁਰੂ ਦੇ ਉੱਤੇ ਕਿੰਤੂ ਜਾਂ ਪਰੰਤੂ ਕਰਦਾ ਹੈ ਜਾਂ ਉਸਦੀ ਵਿਚਾਰਧਾਰਾ ਬਦਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਸਮਝਾਉਣਾ ਵੀ ਬਣਦਾ ਹੈ। ਤਾਂ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲਿਆਂ ਨੇ ਕਿਹਾ ਭਾਈ ਭੁਪਿੰਦਰ ਸਿੰਘ ਜੀ ਦਾ ਕਤਲ ਕੀਤਾ ਗਿਆ ਉਹ ਵੀ ਇੱਕ ਕੌੜਾ ਸੱਚ ਹੈ ਜਿਸ ਨੂੰ ਭੁੱਲਿਆ ਨਹੀਂ ਭੁਲਾਇਆ ਜਾ ਸਕਦਾ। ਇਸ ਕਰਕੇ ਸਾਡੀਆਂ ਪ੍ਰਚਾਰਕ ਸ਼੍ਰੇਣੀਆਂ ਨੂੰ ਅਤੇ ਸਰਮੋਰ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਪ੍ਰਚਾਰਕ ਸ਼੍ਰੇਣੀ ਜਿਹਨਾਂ ਨੂੰ ਇੱਕਜੁੱਟ ਇਕੱਠੇ ਹੋਣਾ ਚਾਹੀਦਾ ਸੀ, ਉਹਨਾਂ ਵਿੱਚ ਜਿਹਨਾਂ ਗੱਲਾਂ ਨੂੰ ਲੈ ਕੇ ਮਤਭੇਦ ਹੈ ਨੇ ਉਹ ਮਤਭੇਦ ਦੂਰ ਕੀਤੇ ਜਾਣ ਅਤੇ ਇਹਨਾਂ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਨਹੀਂ ਤਾਂ ਇਹ ਕੌਮ ਵਿੱਚ ਪਏ ਹੋਏ ਖਲਾਰੇ ਹੋਰ ਵੱਧਦੇ ਜਾਣਗੇ। ਅੱਜ ਸਿਰਫ ਗੋਲੀਆਂ ਚਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ, ਕੱਲ੍ਹ ਨੂੰ ਕੋਈ ਪਤਾ ਨਹੀਂ ਦੋ ਜਾਣਿਆਂ ਦੀ ਲੜਾਈ ਵਿੱਚ ਕੋਈ ਤੀਜਾ ਹੀ ਆਪਣਾ ਹੱਥ ਸੇਕ ਜਾਵੇ ਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਸਿੱਖਾਂ ਦਾ ਸਿੱਖਾਂ ਉੱਤੇ ਹੀ ਚੱਲਣਾ ਸ਼ੁਰੂ ਹੋ ਜਾਵੇ। ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।